ਰਿਆਨ ਇੰਟਰਨੈਸ਼ਨਲ ਸਕੂਲ ਵਿੱਚ ਦੂਸਰੀ ਜਮਾਤ ਦੇ ਵਿਦਿਆਰਥੀ ਪ੍ਰਦਿਊਮਨ ਦੇ ਕਤਲ ਮਾਮਲੇ ਵਿੱਚ ਲਾਪਰਵਾਹੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਗੁਰੂਗ੍ਰਾਮ ਪੁਲਿਸ ਹੁਣ ਸੀਬੀਆਈ ਦੇ ਜਾਂਚ ਦੇ ਘੇਰੇ ਵਿੱਚ ਆ ਗਈ ਹੈ। ਸੂਤਰਾਂ ਮੁਤਾਬਕ ਸੀਬੀਆਈ ਹੁਣ ਪ੍ਰਦਿਊਮਨ ਦੇ ਕੇਸ ਦੀ ਜਾਂਚ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੇ ਖਾਤੇ ਦੀ ਜਾਂਚ ਕਰੇਗੀ। ਸੀਬੀਆਈ ਹੁਣ ਗੁਰੂਗ੍ਰਾਮ ਪੁਲਿਸ ਦੇ ਕਾਲ ਡਿਟੇਲ ਅਤੇ ਬੈਂਕ ਖਾਤੇ ਦੀ ਜਾਂਚ ਕਰਨ 'ਤੇ ਵਿਚਾਰ ਕਰ ਰਹੀ ਹੈ। ਗੁਰੂਗ੍ਰਾਮ ਦੀ ਵਿਸ਼ੇਸ਼ ਜਾਂਚ ਟੀਮ ਨੇ ਸਕੂਲ ਦੇ ਬੱਸ ਕੰਡਕਟਰ ਅਸ਼ੋਕ ਨੂੰ ਪ੍ਰਦਿਊਮਨ ਦੇ ਕਤਲ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਹਾਲਾਂਕਿ ਸੀਬੀਆਈ ਦੀ ਜਾਂਚ ਦੀ ਥਿਊਰੀ ਗੁਰੂਗ੍ਰਾਮ ਪੁਲਿਸ ਤੋਂ ਉਲਟ ਹੈ ਅਤੇ ਸੀਬੀਆਈ ਨੇ ਇੱਕ ਵਿਦਿਆਰਥੀ ਨੂੰ ਦੋਸ਼ੀ ਦੱਸਿਆ। ਇਸ ਤੋਂ ਬਾਅਦ ਬੱਸ ਕੰਡਕਟਰ ਅਸ਼ੋਕ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਚੁੱਕੀ ਹੈ।